ਸਾਡਾ ਟੀਚਾ ਹੈ ਐਜੂਕੇਸ਼ਨ ਤਾਂ ਖਾਸ ਤੌਰ 'ਤੇ ਮੈਨੂੰ ਮਿਲਦੇ ਰਹਿੰਦੇ ਆ, ਸਿੱਖਿਆ ਪ੍ਰੋਵਾਈਡਰ ਮਿਲਦੇ ਆ, ਰੋਜ਼ ਮਿਲਦੇ ਆ, ਕੁੜੀਆਂ ਬਹੁਤ ਮਿਲੀਆਂ ਸਿੱਖਿਆ ਪ੍ਰੋਵਾਈਡਰ, ਰੋਣ ਲੱਗ ਜਾਂਦੀਆਂ ਨੇ ਕਿ ਜੀ ਇੰਨੇ ਸਾਲ ਹੋ ਗਏ, 6000 ਰੁਪਇਆ ਤਨਖਾਹ ਹੈ ਜੀ, 8000 ਰੁਪਇਆ ਤਨਖਾਹ ਜੀ, 10000 ਰੁਪਇਆ ਤਨਖਾਹ ਸਿੱਖਿਆ ਪ੍ਰੋਵਾਈਡਰ। ਤਾਂ ਮੈਂ ਉਹਨਾਂ ਨਾਲ ਵਾਅਦਾ ਕੀਤਾ, ਮੈਂ ਕਿਹਾ ਤੁਸੀਂ ਤੁਹਾਡਾ ਨੋਟੀਫਿਕੇਸ਼ਨ ਜਲਦੀ ਹੋਊਗਾ, ਥੋੜ੍ਹੇ ਜਿਹੇ ਦਿਨ ਹੋਰ ਦੇ ਦਿਓ। ਉਹੀ ਜਿਹੜਾ ਲੀਗਲ ਵਾਲੇ ਕਰ ਲਈਏ ਸੀ ਪੂਰੇ, ਸਾਨੂੰ ਵੀ ਪਤਾ 6-8-10 ਹਜ਼ਾਰ ਨਾਲ ਕੀ ਹੁੰਦਾ ਅੱਜ ਕੱਲ੍ਹ। ਤਾਂ ਉਹਨਾਂ ਨੂੰ ਵੀ ਹਾਈਲੀ ਪੇਡ ਜਿਹੜੀ ਨੌਕਰੀ ਹੋਊਗੀ ਉਹੀ ਸੇਮ ਸਿੱਖਿਆ ਪ੍ਰੋਵਾਈਡਰ ਦੀ, ਉਹ ਅਪ੍ਰੈਲ ਵਾਲੇ ਮਹੀਨੇ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਕੇ, ਅਤੇ ਉਹਨਾਂ ਨੂੰ ਜਿਹੜੇ ਵਿੱਚ ਵਿਚਾਲੇ ਵਾਲੇ ਠੇਕੇਦਾਰ ਖਾਂਦੇ ਸੀ ਪੈਸੇ ਜਾਂ ਕੋਈ ਜੋਲੇ ਸੀਗੇ ਉਹ ਕੱਟ ਕੇ ਸਿੱਧੇ ਉਹਨਾਂ ਦੀ ਵੀ ਜਿਹੜੀ ਤਨਖਾਹ ਹੈ ਉਹ 25000, ਉਹ 30000, 35000 ਹੋਣੀ ਚਾਹੀਦੀ ਹੈ, ਤਾਂ ਕਿ ਘਰ ਦਾ ਖਰਚਾ ਤਾਂ ਚੱਲੇ ਅੱਜ ਦੇ ਮਹਿੰਗਾਈ ਦੇ ਜ਼ਮਾਨੇ 'ਚ, ਉਹ ਵੀ ਜਲਦੀ ਹੋ ਜੂਗਾ ਸਿੱਖਿਆ ਪ੍ਰੋਵਾਈਡਰਸ ਵਾਲਾ ਕੰਮ ਜਿਹੜਾ। ਮੇਰੇ ਤਾਂ ਰੱਟੇ ਪੈਣੇ ਸਾਰੇ, ਇੱਦਾਂ ਮੈਨੂੰ ਫਾਈਲਾਂ ਖੋਲਣ ਦੀ ਲੋੜ ਨਹੀਂ ਕਿਉਂਕਿ ਮੈਂ ਥੱਲੋਂ ਆਇਆ ਹੋਇਆ ਨਾ ਗਰਾਊਂਡ 'ਚੋਂ। ABP ਸੌਂਚਾ, ਜੋਸ਼, ਜਜ਼ਬਾ, ਜਨੂੰਨ।